ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਨ ਦੇ ਦੜਾਵਲੀ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਨੋਕ 'ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ 5 ਨੌਜਵਾਨਾਂ ਨੂੰ ਥਾਣਾ ਘੁਮਾਨ ਦੀ ਪੁਲਿਸ ਟੀਮ ਨੇ 24 ਘੰਟਿਆਂ ਵਿੱਚ ਹੀ ਚੋਰੀ ਦੀ ਗੱਡੀ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰੈਸ ਵਾਰਤਾ ਦੌਰਾਨ DSP ਰਜੇਸ਼ ਕੱਕੜ ਨੇ ਦੱਸਿਆ ਕਿ ਇਹਨਾਂ 5 ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਨੌਜਵਾਨ ਦੂਸਰੇ ਜ਼ਿਲ੍ਹੇ ਵਿੱਚੋਂ ਆਣ ਕੇ ਇੱਥੇ ਲੁੱਟਾਖੋਹਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਮਾਣਯੋਗ SSP ਬਟਾਲਾ ਦੀ ਸਖ਼ਤ ਦਿਸ਼ਾ ਨਿਰਦੇਸ਼ ਥੱਲੇ ਭੈੜੇ ਪੁਰਸ਼ਾਂ ਦੇ ਖਿਲਾਫ਼ ਜਿਹੜੀ ਮੁਹਿੰਮ ਛੇੜੀ ਗਈ ਆ ਉਸਨੂੰ ਬਲ ਮਿਲਿਆ ਜਦੋਂ SHO ਘੁਮਾਨ ਅਤੇ ਉਹਨਾਂ ਦੀ ਟੀਮ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸਮੇਤ ਦਾਤਰ 2 ਦਾਤਰ ਹੈ, ਇੱਕ ਉਹਨਾਂ ਕੋਲ ਡਾਂਗ ਅਤੇ ਇੱਕ ਸਵਿਫਟ ਕਾਰ ਹੈ ਜਿਹੜੀ ਪਤਾ ਉਹ ਚੋਰੀ ਦੀ ਜਿਹੜੀ ਉਹਨਾਂ ਥਾਣੇ ਜਿਹਦੇ ਖਿਲਾਫ਼ ਪ੍ਰੋਟੈਸਟ ਹੋਇਆ ਥਾਣੇ ਝਬਾਲ। ਉਹਨਾਂ ਨੇ ਇੱਕ ਸਾਡੇ ਇੱਥੇ ਦੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਅਤੇ ਪੈਸੇ ਨਾ ਦੇ ਕੇ ਉਹ ਖੋਹ ਪੈਸੇ ਨਾ ਦੇ ਕੇ ਅਤੇ ਉਹਦੀ ਤੇਲ ਦੀ ਖੋਹ ਕਰਕੇ ਉੱਥੋਂ ਭੱਜ ਗਏ ਸੀ, ਜਿਨ੍ਹਾਂ ਨੂੰ ਬੜੀ ਮੁਸ਼ਕਤ ਨਾਲ ਸਾਡੀ ਟੀਮ ਨੇ ਗ੍ਰਿਫ਼ਤਾਰ ਕੀਤਾ। ਇਹ 5 ਬੰਦੇ ਨੇ ਜਿਨ੍ਹਾਂ 'ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਅਤੇ ਐਂਡ ਦੇ ਪਰਚੇਸਟਰ ਨੇ। ਨਹੀਂ, 5 ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਹੈਗੇ, ਇਹ ਪੱਟੀ, ਤਰਸਿੱਕਾ, ਕੱਥੂ ਨੰਗਲ ਅਤੇ ਮੱਤੇਵਾਲ ਨੂੰ ਬਿਲੋਂਗ ਕਰਦੇ ਨੇ। ਸਰ ਇੱਧਰ ਇਹ ਕੋਈ ਕੰਮ ਕਾਰ ਕਰਦੇ ਸੀ ਜਾਂ ਸਪੈਸ਼ਲੀ ਕੋਈ ਇੱਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ? ਜਿਸ ਤਰ੍ਹਾਂ ਦਾ ਹੋਣ ਦੀ ਤਫਤੀਸ਼ ਤੱਕ ਪਤਾ ਲੱਗਦਾ ਇਹ ਜ਼ਰੂਰ ਕਿਸੇ ਨਾ ਕਿਸੇ ਲੁੱਟ ਖੋਹ ਦੀ ਮਾਰ ਨਾਲ ਇੱਥੇ ਆਏ ਹੋਣਗੇ ਅਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿਨ੍ਹਾਂ ਤੋਂ ਅਸੀਂ ਗ੍ਰਿਫ਼ਤਾਰ ਕੀਤਾ। ਉਹਨਾਂ ਨੂੰ ਪੇਸ਼ਦਾਰ ਕਰਕੇ ਵਾਰੰਟ ਲਿਆ, ਪੁਲਿਸ ਰਿਮਾਂਡ ਲਿਆ, ਜਿਹਦੀ ਗਾਂਹ ਉੱਤੇ ਤਫਤੀਸ਼ ਕਰਨ ਜਾ ਰਹੇ। ਸਰ ਇਹਨਾਂ ਦੀ ਬੈਕਗ੍ਰਾਊਂਡ ਕੀ ਹੈ, ਕ੍ਰਿਮੀਨਲ ਆ ਜਾਂ? ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ 5 ਤੋਂ 3 ਬੰਦਿਆਂ ਉੱਤੇ ਲੁੱਟਾਂ ਖੋਹਾਂ ਦੇ ਅਤੇ ਐਂਡੀ ਦੇ ਪਰਚੇਸਟਰ ਨੇ। ਮੈਂ ਗੁਰਮੀਤ ਸਿੰਘ ਇੱਥੇ ਪੈਟਰੋਲ ਪੰਪ 'ਤੇ ਬਤੌਰ ਮੈਨੇਜਰ ਅਤੇ ਸੇਲਮੈਨ ਦਾ ਕੰਮ ਕਰਦਾ ਅਤੇ ਕੱਲ੍ਹ ਮਿਤੀ 7 ਅਗਸਤ ਨੂੰ ਕਰੀਬ 2 ਵਜੇ ਨਾਲ ਇੱਕ ਸਵਿਫਟ ਕਾਰ ਚਿੱਟੇ ਰੰਗ ਦੀ ਆਈ। ਉਹਨਾਂ ਨੇ ਮੈਨੂੰ 2000 ਰੁਪਏ ਦਾ ਤੇਲ ਪਾਉਣ ਲਈ ਕਿਹਾ। ਮੈਂ 2000 ਦਾ ਪੈਟਰੋਲ ਉਹਨਾਂ ਦੀ ਗੱਡੀ 'ਚ ਪਾਇਆ। ਪੈਟਰੋਲ ਪਾ ਕੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਅਤੇ ਗੱਡੀ 'ਚ ਜਾ ਕੇ ਉਹ ਪੰਪ ਚਲੇ ਗਏ। ਉਸ ਤੋਂ ਬਾਅਦ ਮੈਂ ਸੰਬੰਧਿਤ ਥਾਣਾ ਘੁਮਾਨ ਸਾਨੂੰ ਹੈਗਾ ਵਾ, ਮੈਂ ਉੱਥੇ ਆਪਣੀ ਕੰਪਲੇਂਟ ਦਿੱਤੀ। ਕੰਪਲੇਂਟ ਦੇ ਮੇਰੇ ਅਕੋਰਡਿੰਗ ਉਹਨਾਂ ਨੇ ਕਾਰਵਾਈ ਕਰਦਿਆਂ ਜਿਹੜੇ ਆ ਉਹ 5 ਦੇ 5 ਹੀ ਦੋਸ਼ੀ ਜਿਹੜੇ ਆ ਗ੍ਰਿਫ਼ਤਾਰ ਕਰ ਲਏ ਆ। ਕਿਉਂਕਿ ਸਾਨੂੰ ਪੁਲਿਸ 'ਤੇ ਵਿਸ਼ਵਾਸ ਆ, ਪ੍ਰਸ਼ਾਸਨ 'ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਅਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖ਼ਤ ਕਾਰਵਾਈ ਕਰਨਗੇ।